ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗਰਬਾਣੀ ਦਾ ਫਰਮਾਨ ਹੈ ਦਦਾ ਦੋਸ਼ ਨ ਦਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੇ ਅਵਰਜਨਾ ਅੱਜ ਦਾਸ ਇਸੇ ਹੀ ਪੰਕਤੀ ਦੇ ਪਰਥਾਏ ਕਿਵੇਂ ਇੱਕ ਲੜਕੀ ਜਨੇ ਜੋਰਪ ਦੇ ਵਿੱਚ ਵਿਆਹ ਕੀਤਾ ਕਿਸੇ ਲੜਕੇ ਦੇ ਨਾਲ ਪਰ ਇਸ ਵਿਆਹ ਤੋਂ ਬਾਅਦ ਉਹਦੀ ਜ਼ਿੰਦਗੀ ਕਿਵੇਂ ਨਰਕ ਬਣ ਗਈ ਇਸ ਦੇ ਪਿੱਛੇ ਜੋ ਘਟਨਾ ਹੈ ਉਸ ਘਟਨਾ ਦਾ ਜ਼ਿਕਰ ਦਾਸ ਆਪ ਸਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਦੇਖੋ ਗਰਵਾਣੀ ਦਾ ਫਰਮਾਨ ਹੈ ਜੇਹਾ ਬੀਜੇ ਸੋਲੂ ਨੇ ਕਰਮਾਂ ਸੰਧੜਾ ਖੇਤ ਜਿੱਦਾਂ ਦਾ ਕੋਈ ਬੀਜੂਗਾ ਉਹ ਜਾਨੂੰ ਫਲ ਮਿਲੂਗਾ। ਇਸ ਕਰਕੇ ਬਾਬਾ ਨਾਨਕ ਸੁਣਨ ਦੇ ਬਚਨਵਾ ਕਿ ਬਿਨਾ ਕਸੂਰ ਤੋਂ ਕੋਈ ਸਜ਼ਾ ਕਿਸੇ ਨੂੰ ਨਹੀਂ ਮਿਲਦੀ ਚਾਹੇ ਇਹ ਕਸੂਰ ਜਿਹੜਾ ਹਨ ਪਿਛਲੇ ਜਨਮ ਦਾ ਹੀ ਕਿਉਂ ਨਾ ਹੋਵੇ ਇਸ ਤਰ੍ਹਾਂ ਇੱਕ ਹਨ ਇਹ ਬੀਬੀ ਜਿਹੜੀ ਲੜਕੀ ਬੱਚੀ ਹੈਗੀ ਹੈ ਪੰਜਾਬ ਦੀ ਆ ਇਹਨੇ ਆਪਣੀ ਜੀਵਨ ਬਾਰੇ ਦੱਸਿਆ ਕਿ ਜਿਵੇਂ ਅੱਜ ਕੱਲ ਇੱਕ ਹਵਾ ਹੈ ਸਾਰਿਆਂ ਦੇ ਅੰਦਰ ਇੱਕ ਦੌੜ ਲੱਗੀ ਹੋਈ ਆ ਉਹ ਹੈ ਵਿਦੇਸ਼ ਜਾ ਕੇ ਸੈਟਲ ਹੋਣਾ ਔਰ ਖਾਸ ਕਰਕੇ ਕਿਉਂਕਿ ਜੋ ਕੈਨੇਡਾ ਮੁਲਕ ਹੈਗਾ ਪੰਜਾਬੀਆਂ ਦਾ ਮਨ ਪਾਉਂਦਾ ਮੁਲਕ ਹੈਗਾ ਇਸ ਕਰਕੇ ਹਰੇਕ ਦੀ ਚਾਹਨਾ ਜਿਹੜੀ ਹੈ ਉਹ ਕੈਨੇਡਾ ਜਾਣ ਦੀ ਹੁੰਦੀ ਆ ਇਹ ਲੜਕੀ ਵੀ ਦੱਸਦੀ ਸੀ ਕਿ ਮੇਰੀ ਚਾਹਨਾ ਵੀ ਸੀ ਕਿ ਕੋਈ ਘਰ ਚੰਗਾ ਰਿਸ਼ਤਾ ਮੈਨੂੰ ਮਿਲ ਜAVE ਤਾਂ ਮੈਂ ਕੈਨੇਡਾ ਚਲੀ ਜਾਵਾਂ ਇਹ ਫਿਰ ਲੜਕੀ ਦੱਸਦੀ ਸੀ ਕਿ ਿੰਡੀ ਖੈਰ ਤੇ ਮੇਰੇ ਘਰਦਿਆਂ ਨੇ ਇੱਕ ਰਿਸ਼ਤਾ ਲੱਭਿਆ ਉਹ ਜਿਹੜਾ ਲੜਕਾ ਹੈ ਨਾ ਕੈਨੇਡਾ ਪੱਕਾ ਸੀਗਾ ਤੇ ਕੈਨੇਡਾ ਪੱਕਾ ਸੀ ਕਹਿੰਦੇ ਵੀ ਅਸੀਂ ਉਸ ਪਰਵਾਦੇ ਨਾਲ ਗੱਲਬਾਤ ਤੋਰੀ ਤੇ ਗੱਲਬਾਤ ਹੋ ਰਹੀ ਕਹਿੰਦੀ ਵੀ ਉਹ ਗੰਡ ਕੇ ਵੀ ਠੀਕ ਆ ਲੜਕਾ ਹੋਊਗਾ ਤਾਂ ਆਪਾਂ ਨਾਲ ਦਾ ਵਿਆਹ ਕਰ ਦਿੰਦੇ ਆ। ਲੋ ਜੀ ਸਾਰੀ ਗੱਲਬਾਤ ਹੋ ਗਈ। ਕਹਿੰਦੀ ਮੈਂ ਵੀ ਬੜੀ ਖੁਸ਼ ਹੋਈ ਘਰ ਦੇ ਵੀ ਬੜੇ ਖੁਸ਼ ਹੋਏ। ਕਿ ਸਾਡੀ ਲੜਕੀ ਹੁਣ ਕੈਡੀਡਾ ਚੱਲ ਜੋਗੀ ਪੱਕੇ ਤੌਰ ਤੇ। ਉਸ ਤੋਂ ਬਾਅਦ ਕਹਿੰਦੀ ਕੀ ਹੋਇਆ? ਕਹਿੰਦੀ ਅਸੀਂ ਵਿਆਹ ਰੱਖ ਦਿੱਤਾ। ਨਾ ਲੜਕਾ ਦੇਖਿਆ ਨਾ ਕਹਿੰਦੀ ਕੋਈ ਗੱਲਬਾਤ ਕੀਤੀ ਵਿਆਹ ਰੱਖ ਦਿੱਤਾ ਜਿਵੇਂ ਆਪਾਂ یوں ਕਹਿ ਲਓ ਕਿ ਬੁੱਧੀ ਦੇ ਉੱਤੇ ਪੜਦਾ ਪੈ ਗਿਆ ਹੋਵੇ। ਇਹੋ ਜਿਹੇ ਜਿਹੜਾ ਲਾਲਚ ਜਦੋਂ ਬੰਦੇ ਦੇ ਅੰਦਰ ਫੁਰਦਾ ਹਨ ਫੇ ਉਸ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਉਹ ਕੀ ਕਰੇ ਤੇ ਕੀ ਨਾ ਕਰੇ ਕਹਿੰਦੇ ਵੀ ਅਸੀਂ ਬਿਨਾਂ ਲੜ ਕੇ ਦੇਖੇ ਤੋਂ ਵਿਆਹ ਰੱਖ ਦਿੱਤਾ ਜਦ ਵਿਆਹ ਰੱਖਿਆ ਤਰੀਕ ਨੇੜੇ ਆ ਗਏ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਵਿਆਹ ਜਿਹੜਾ ਬਿਲਕੁਲ ਨੇੜੇ ਆ ਗਿਆ ਤੇ ਕਹਿੰਦੀ ਵੀ ਜਿਹੜਾ ਮੇਰਾ ਸਹੁਰਾ ਪਰਿਵਾਰ ਸੀ ਲੜਕੀ ਕਹਿੰਦੀ ਕਹਿੰਦੀ ਵੀ ਉਧਰੋਂ ਸੁਨੇਹਾ ਆਇਆ ਵੀ ਉਹਨਾਂ ਦਾ ਮੁੰਡਾ ਕਿਸੇ ਕਾਰਨ ਕਰਕੇ ਵਿਦੇਸ਼ ਚ ਆ ਨਹੀਂ ਸਕਿਆ ਤੇ ਇਸ ਕਰਕੇ ਵੀ ਹੁਣ ਤੁਸੀਂ ਦੱਸੋ ਵੀ ਕੀ ਕਰੀਏ ਕਿੰਦੀ ਜਦੋਂ ਇਹ ਸੁਨੇਹਾ ਦਿੱਤਾ ਉਹ ਲੜਕੀ ਵਾਲੇ ਕਹਿਣ ਲੱਗੇ ਵੀ ਅਸੀਂ ਘਬਰਾ ਗਏ ਅਸੀਂ ਉਹਨਾਂ ਨੂੰ ਆਖਿਆ ਕਿ ਅਸੀਂ ਤਾਂ ਵਿਆਹ ਦੀ ਪੂਰੀ ਤਿਆਰੀ ਕਰ ਲਈ ਆ ਕਾਰਡ ਵੀ ਵੰਡ ਲਿਆ ਤੇ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਸਾਨੂੰ ਖੜੇ ਪੈਰ ਕਹਿ ਰਹੇ ਵੀ ਲੜਕਾ ਕਿਸੇ ਕਾਰਨ ਕਰਕੇ ਵਿਦੇਸ਼ ਚ ਆ ਨਹੀਂ ਸਕਿਆ ਖੈਰ ਕਿੰਦੀ ਉਹ ਕਰਦੇ ਕਹਿਣ ਲੱਗੇ ਵੀ ਹੋਰ ਤਾਂ ਕੋਈ ਗੱਲਬਾਤ ਨਹੀਂ ਚਲੋ ਢਾਡੀ ਵੀ ਰਹੇ ਜੋ ਸਾਡੀ ਵੀ ਰਹੇ ਜੋ ਕਿ ਲੜਕਾ ਨਹੀਂ ਆਇਆ ਤਾਂ ਨਾ ਸੀ ਆਪਾਂ ਇਦਾਂ ਕਰਦੇ ਆ ਵੀ ਫੋਟੋ ਤੇ ਵਿਆਹ ਕਰ ਲੈਂਦੇ ਜਿਆਦਾ ਹੀ ਗੱਲ ਉਹ ਲੜਕੀ ਕਹਿਣ ਲੱਗੀ ਕਿ ਚਲੋ ਮੈਂ ਕਹਿੰਦੀ ਤਿਆਰ ਹੋ ਗਈ ਮੈਂ ਕਿਹਾ ਚਲ ਠੀਕ ਆ ਮੈਂ ਫੋਟੋ ਤੇ ਵਿਆਹ ਕਰ ਲੀਂਦੀ ਕਿਉਂਕਿ ਮੇਰੇ ਅੰਦਰ ਕਹਿੰਦੀ ਕੈਨੇਡਾ ਜਾਣ ਦਾ ਕੀੜਾ ਵੜਿਆ ਹੋਇਆ ਸੀਗਾ ਕਹਿੰਦੀ ਗੱਲ ਕਿ ਅਸੀਂ ਫੋਟੋ ਦੇ ਨਾਲ ਹੀ ਕਹਿੰਦੀ ਜੜੀਆਂ ਸੀਗੀਆਂ ਉਹ ਲਾਵਾ ਲੈ ਲਈਆਂ ਤੇ ਵਿਆਹ ਕਰ ਲਿਆ ਜਦ ਕਹਿੰਦੀ ਵਿਆਹ ਹੋ ਗਿਆ ਉਸ ਤੋਂ ਬਾਅਦ ਕਹਿੰਦੀ ਵੀ ਮੈਂ ਬਿਨਾਂ ਪਤੀ ਤੋਂ ਕਹਿੰਦੀ ਵੀ ਸਹੁਰੇ ਘਰ ਚਲ ਗਈ ਉੱਥੇ ਰਹਿਣ ਲੱਗ ਪਈ ਕਹਿੰਦੀ ਰਹਿਣ ਲੱਗੀ ਕਹਿੰਦੀ ਗੱਲ ਕੀ ਆ ਉਹ ਲੜਕੇ ਦਾ ਕਹਿੰਦੀ ਵੀ ਕਰਦਿਆ ਨੇ ਮੈਨੂੰ ਪਹਿਲਾ ਪਹਿਲਾ ਫੋਨ ਨਾ ਆਵੇ ਫੇਰ ਕਹਿੰਦੀ ਉਹ ਤਾਂ ਕਿਤੇ ਕਿਤੇ ਫੋਨ ਆਵੇ ਫੋਨ ਆਵੇ ਤੇ ਕਹਿੰਦਾ ਵੀ ਉਹ ਲੜਕਾ ਮੈਨੂੰ ਕਹਿੰਦਾ ਵੀ ਕਿਸੇ ਕੰਮ ਦੀ ਵਜ੍ਹਾ ਕਰਕੇ ਮੇਰਾ ਕੰਮ ਸੈੱਟ ਨਹੀਂ ਹੈਗਾ ਇਸ ਕਰਕੇ ਮੈਂ ਕੰਮ ਦੇ ਪਿੱਛੇ ਪੰਜਾਬ ਵਿਆਹ ਹੈਗਾ ਤੇ ਮੇਰਾ ਹੁਣਾ ਤੇਰੇ ਵਾਸਤੇ ਮੁਸ਼ਕਲ ਵਾ खैर ਉਹ ਲੜਕੀ ਕਹਿੰਦੀ ਵੀ ਮੈਂ ਇਹ ਸਮਝਿਆ ਵੀ ਚਲੋ ਕੰਮ ਕਰਦੇ ਚੱਕਰ ਕਰਕੇ ਉਹ ਆ ਨਹੀਂ ਸਕਿਆ ਵਿਆਹ ਤੇ ਵੀ ਨਹੀਂ ਆਇਆ ਤਾਂ ਚਲੋ ਫੇਰ ਹੀ ਆਜੂਗਾ ਉਹ ਕਰਦੇ ਕਰਦੇ ਲੜਕੀ ਕਹਿੰਦੀ ਕਿ ਮੈਂ ਉਹਦਾ ਇੰਤਜ਼ਾਰ ਕਰਦੀ ਰਹੀ ਤੇ ਪਰ ਕਹਿੰਦੀ ਐ ਇਸ ਇੰਤਜ਼ਾਰ ਦੇ ਵਿੱਚ ਕਦੀ ਮੈਂ ਸੋਹਰੇ ਪਰਿਵਾਰ ਤੇ ਚਲ ਜਾਣਾ ਕਦੀ ਪੇਕੇ ਆ ਜਾਣਾ ਫੇਰ ਸੋਹਰੇ ਚਲ ਜਾਣਾ ਪਰ ਬਿਜਲੀ ਕਹਿੰਦੀ ਅਸੀਂ ਲੋਕਾਂ ਨੂੰ ਕੀ ਦਸੀਏ ਕਿ ਜਿਸ ਲੜਕੇ ਨਾਲ ਮੈਂ ਸ਼ਾਦੀ ਕੀਤੀ ਉਹ ਲੜਕਾ ਤਾਂ ਅਜੇ ਤੱਕ ਕੈਨੇਡਾ ਤੋਂ ਨਹੀਂ ਆਇਆ ਜਦਕਿ ਇੰਨਾ ਚਿਰ ਜਿਹੜਾ ਹੈ ਕੋ ਵਿਆਹ ਨੂੰ ਵੀ ਹੋ ਗਿਆ ਹੈ ਉਸ ਤੋਂ ਬਾਅਦ ਉਹ ਲੜਕੀ ਕਹਿਣ ਲੱਗੀ ਕਿ ਅਚੰਤ ਤੇ ਕਾਫੀ ਮਹੀਨੇ ਢੀਕਾਂਤ ਬਾਅਦ ਇੱਕ ਦਿਨ ਕਹਿੰਦੀ ਉਹ ਲੜਕਾ ਆ ਗਿਆ ਜਦਕਿ ਕਹਿੰਦੀ ਲੜਕਾ ਆਇਆ ਮੈਂ ਬੜੀ ਖੁਸ਼ ਬਸ ਫੇਰ ਕੀ ਸੀ ਕਿੰਦੂ ਲੜਕਾ ਨਾ ਖੁਸ਼ ਜਾ ਸਗਾ ਕਹਿੰਦੀ ਬਸ ਪਤਾ ਨਹੀਂ ਕੀ ਹੋਇਆ ਇੱਕ ਦੋ ਦਿਨ ਕਹਿੰਦੀ ਉਹ ਘਰ ਰਹਾ ਉਸ ਤੋਂ ਬਾਅਦ ਕਹਿੰਦੀ ਚੁੱਪਚਾਪ ਹੀ ਤਾਂ ਬਿਨਾਂ ਦੱਸੇ ਕਹਿੰਦੀ ਉਹ ਵਾਪਸ ਫੇਰ ਕੈਨੇਡਾ ਚਲੇ ਗਿਆ ਕੈਨੇਡਾ ਚਲੇ ਗਿਆ ਕਹਿੰਦੀ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਵੀ ਇੰਨੇ ਚਿਰ ਬਾਅਦ ਆਇਆ ਵੀ ਮੇਰੇ ਪਾਸੇ ਹੈ ਨਹੀਂ ਇੱਕ ਦੋ ਦਿਨ ਰੁਕੇ ਵਾਪਸ ਕੈਨੇਡਾ ਚਲੇ ਗਿਆ ਕਹਿੰਦੀ ਮੈਨੂੰ ਸ਼ੱਕ ਹੋਈ ਵੀ ਇਹ ਲੜਕਾ ਮੈਨੂੰ ਲੱਗਦਾ ਹੈਗਾ ਵੀ ਇਹ ਕੁਝ ਠੀਕ ਨਹੀਂ ਲੱਗਦਾ ਕਹਿੰਦੀ ਅਸੀਂ ਥੋੜਾ ਜਿਹਾ ਨਾ ਖੋਜ ਜਿਹੜੀ ਸੀ ਕੀਤੀ ਫਿਰ ਸਾਨੂੰ ਪਤਾ ਲੱਗਾ ਵੀ ਉਹ ਲੜਕੇ ਨੇ ਤਾਂ ਉਧਰ ਵੀ ਵਿਆਹ ਕਰਾਇਆ ਹੈਗਾ ਤੇ ਉਧਰ ਉਹਦੇ ਬੱਚੇ ਹੈਗੇ ਆ ਦੋ ਕਹਿੰਦੀ ਵੀ ਮੈਂ ਕੱਲ ਆ ਵੀ ਆ ਤਾਂ ਕੰਮ ਖਰਾਬ ਹੋ ਗਿਆ ਇਸ ਗੱਲ ਦਾ ਤਾਂ ਮੈਨੂੰ ਪਤਾ ਹੀ ਨਹੀਂ ਫਿਰ ਕਹਿੰਦੀ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਅਖੀਰ ਕਹਿੰਦੀ ਵੀ ਉਹਦੇ ਤਾਂ ਕਹਿੰਦੀ ਮੁੜ ਕੇ ਫੋਨ ਉਹਨਾਂ ਵੀ ਬੰਦ ਹੋ ਗਿਆ ਜਦੋਂ ਗੱਲ ਖੁੱਲ ਗਈ ਬਸ ਫਿਰ ਕੀ ਸੀ ਲੜਕੀ ਕਹਿੰਦੀ ਵੀ ਮੈਂ ਹਨਾ ਫਿਰ ਮੁੜ ਕੇ ਜਿਹੜਾ ਸੀ ਸਹੁਰੇ ਘਰ ਛੱਡ ਕੇ ਕਹਿੰਦੀ ਮੁੜ ਕੇ ਫਿਰ ਮੈਂ ਜਦ ਤੀਕੇ ਆਈ ਤੇ ਕਹਿੰਦੀ ਜਿਹੜੇ ਮੇਰੇ ਸਹੁਰੇ ਸੀਗੇ ਉਹ ਤਾਂ ਕਹਿੰਦੀ ਵੀ ਬਿਰਦ ਸੀ ਸੱਸ ਵੀ ਬਿਰਦੀ ਸਹੁਰਾ ਵੀ ਬਿਰਦ ਸੀ ਕਹਿੰਦੀ ਮੈਂ ਉਹਨੂੰ ਆਖਿਆ ਕਿ ਤੁਸੀਂ ਮੈਨੂੰ ਧੋਖਾ ਕੀਤਾ ਕਿੰਦੀ ਉਹ ਮੈਨੂੰ ਕਹਿਣ ਲੱਗੀ ਸੰਤੋ ਪਤਾ ਨਹੀਂ ਵੀ ਇਹਨੂੰ ਉੱਥੇ ਵਿਆਹ ਵੀ ਕੀਤਾ ਤੇ ਬੱਚੇ ਵੀ ਆ। ਅਸੀਂ ਤਾਂ ਕਿਹਾ ਸੀਗਾ ਵੀ ਚੱਲ ਇੱਥੇ ਨੌ ਸਾਡੀ ਆਊਗੀ ਤੇ ਸਾਡਾ ਬੜਾਪਾ ਦਾ ਗੁਜ਼ਾਰਾ ਕਰੂਗੀ। ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ। ਗੱਲ ਕੀ ਕਹਿੰਨੀ ਮੇਰੇ ਸਹੁਰੇ ਸੱਸ ਤਾਂ ਬਿਲਕੁਲ ਮੁਕਰ ਗਏ। ਕਹਿੰਦੀ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਕਹਿੰਦੀ ਮੈਂ ਕਿਹਾ ਵੀ ਨਾ ਤਾਂ ਮੈਂ ਹੁਣ ਸਹੁਰਿਆਂ ਜੋਗੀ ਰਹੀ ਨਾ ਪੇਕੇਆਂ ਜੋਗੀ ਰਹੀ। ਅਖੀਰ ਉਹ ਕਹਿਣ ਲੱਗੀ ਕਿ ਮੈਂ ਮੁੜ ਕੇ ਹਨਾ ਫਿਰ ਪੇਕੇ ਘਰ ਆ ਗਈ। ਜਦ ਪੇਕੇ ਘਰ ਆ ਗਈ ਕਹਿੰਦੀ ਉਸ ਤੋਂ ਬਾਅਦ ਇਹ ਦਿਨ ਇੱਕ ਦਿਨ ਹਨ ਮੈਂ ਬਾਬੇ ਦੀ ਫੋਟੋ ਤੇ ਬੈਠ ਕੇ ਬੜਾ ਰੋਈ ਬੜਾ ਰੋਈ ਮੈਨੂੰ ਦੱਸੋ ਮੇਰੇ ਦਿਮਾਗ ਦੇ ਵਿੱਚ ਕੈਨੇਡਾ ਜਾਣ ਦਾ ਕੀ ਡਰਾ ਸੀਗਾ ਤੇ ਮੈਂ ਫੋਟੋ ਤੇ ਵਿਆਹ ਕਰਾ ਲੈਣਾਂ ਲੜਕਾ ਦੇਖਿਆ ਨਾ ਉਹਦੇ ਬਾਰੇ ਕੋਈ ਪਤਾ ਕੀਤਾ ਉਹਦੀ ਬੈਕਗ੍ਰਾਉਂਡ ਕੀ ਸੀ ਸਾਰਾ ਕੁਝ ਉਹ ਲੜਕੇ ਤੇ ਵਿਆਹ ਆ ਨਿਕਲਿਆ ਕੈਨੇਡਾ ਚ ਉਹਦੇ ਦੋ ਬੱਚੇ ਵੀ ਆ ਇੰਨਾ ਮੇਰੇ ਨਾਲ ਧੋਖਾ ਫਰੇਬ ਹੋਇਆ ਅਕਸਰ ਕਿਉਂ ਹੋਇਆ ਮੈਂ ਕਿਹੜੀ ਅਸੀਂ ਗਲਤੀ ਕੀਤੀ ਕਿਹੜੇ ਗਨਾਹ ਕੀਤੇ ਵੀ ਜਿਨ੍ਹਾਂ ਦੀ ਮੈਨੂੰ ਇਹ ਸਜ਼ਾ ਮਿਲੀ ਕਹਿੰਦੀ ਮੈਂ ਅਜ ਦਸਨੋ ਫੋਟੇ ਦੇ ਬਟਕੇ ਬੜਾ ਰੋਇਤ ਬੜਾ ਕਹਿੰਦੀ ਵੀ ਮੈਂ ਮਾਨੀ ਮਨ ਜਿਹੜਾ ਸਗਾ ਉਹ ਕਹਿੰਦੀ ਵੀ ਉਸ ਰੱਬ ਨੂੰ ਕਹਿੰਦੀ ਗਾਲਾਂ ਵੀ ਕੱਢੀਆਂ ਵੀ ਤੂੰ ਮੇਰ ਨਾਲ ਕਿਹੋ ਜਿਹਾ ਜਨਮ ਦਾ ਬਦਲਾ ਲਿਆ ਕਰਦੇ ਕਰਦੇ ਕਹਿੰਦੀ ਗੱਲ ਕਿ ਮੇਰੀ ਅੱਖ ਲੱਗ ਗਈ ਜਾਂ ਅੱਖ ਲੱਗੀ ਕਹਿੰਦੀ ਵੀ ਅੱਖ ਲੱਗਣ ਤੋਂ ਬਾਅਦ ਕਹਿੰਦੀ ਵੀ ਮੈਨੂੰ ਸੁਪਨੇ ਚ ਉਸ ਕਹਿੰਦੀ ਪਰਮਾਤਮਾ ਨੇ ਮੈਨੂੰ ਕੀ ਦਿਖਾਇਆ ਉਹਦੇ ਵਿੱਚ ਉਹਨੇ ਇਹ ਦਿਖਾਇਆ ਕਿ ਜਿਹੜਾ ਮੇਰਾ ਪਿਛਲਾ ਜਨਮ ਆਹਨਾ ਮੇਰਾ ਪਿਛਲਾ ਜਨਮ ਜਿਹੜਾ ਮੁਸਲਮਾਨਾਂ ਦੇ ਪਰਿਵਾਰ ਚ ਆ ਤੇ ਮੈਂ ਪਿਛਲੇ ਜਨਮ ਚ ਜਿਹੜੀ ਹੈ ਉਹ ਮੁਸਲਮਾਨ ਦੇ ਪਰਿਵਾਰਾਂ ਦੇ ਘਰ ਜੰਮੀ ਆ ਤੇ ਮੇਰਾ ਜਿਹੜਾ ਜਮਾ ਹੈਗਾ ਉਹ ਪੁਰਸ਼ ਦਾ ਹੈਗਾ ਕਿੰਦੀ ਵੀ ਮੈਂ ਵੀ ਜਿਹੜਾ ਸਗਾ ਉਹਦੇ ਵਿੱਚ ਮੈਨੂੰ ਇਹ ਦਿਖਾਇਆ ਗਿਆ ਕਿ ਤੂੰ ਪਿਛਲੇ ਜਨਮ ਚ ਮੁਸਲਮਾਨਾਂ ਦੇ ਘਰ ਜਿਹੜਾ ਸਗਾ ਉਹ ਨਰ ਸਗਾ ਪੁਰਸ਼ ਸਗਾ ਤੇ ਉਸ ਤੋਂ ਬਾਅਦ ਤੈਨ ਵੀ ਹਨਾ ਉਸ ਪਿਛਲੇ ਜਨਮ ਦੇ ਵਿੱਚ ਦੋ ਵਿਆਹ ਕਰਾਇਏ ਸੀ ਤੇ ਇੱਕ ਇਸਤਰੀ ਨੂੰ ਆਪਣੇ ਪਾਸ ਰੱਖਿਆ ਸੀ ਉਹਦੇ ਬੱਚੇ ਸੀ ਤੇ ਇੱਕ ਤੂੰ ਜਿਹੜਾ ਵਿਆਹ ਕਰਾਇਆ ਸੀ ਦੂਸਰਾ ਉਹ ਜਿਹੜਾ ਚੋਰੀ ਕਰਾਇਆ ਸੀ ਉਹ ਕਰਾਇਆ ਸੀ ਕਿਸੇ ਪਿੰਡ ਨਗਰ ਦੇ ਵਿੱਚ ਕਿਸੇ گاਵ ਦੇ ਵਿੱਚ ਕਹਿੰਦੀ ਵੀ ਜਿਹੜਾ ਮੈਂ ਦੂਸਰਾ ਵਿਆਹ ਕਰਾਇਆ ਸੀਗਾ ਉਹ ਕਿਸੇ ਪਿੰਡ ਦੀ ਲੜਕੀ ਨਾਲ ਕਰਾਇਆ ਸੀ ਜਿਹੜੀ ਸਿੱਧੀ ਸਾਦੀ ਸੀ ਤੇ ਉਹਦੇ ਵਿੱਚ ਕਹਿੰਦੀ ਮੈਨੂੰ ਇਹ ਦਿਖਾਇਆ ਗਿਆ ਕਿ ਤੂੰ ਪਿਛਲੇ ਜਨਮ ਦੇ ਵਿੱਚ ਜਿਹੜੀ ਪਿੰਡ ਦੀ ਕੁੜੀ ਸੀ ਉਹਦੇ ਨਾਲ ਕਿਹੋ ਜਿਹਾ ਜ਼ੁਲਮ ਕੀਤੇ ਤੂੰ ਕਿਤੇ 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 ਪਿੰਡ ਹੁੰਦਾ ਹੁੰਦਾ ਸੀ ਕਿਤੇ ਦੋ ਹੀ ਸਾਲੀ ਕਿਤੇ ਕਿਦਾਂ ਕਦੀ ਕਿਦਾਂ ਉਹ ਵਿਚਾਰੀ ਕਹਿੰਦੀ ਜਿਹੜੀ ਪਿੰਡ ਦੀ ਲੜਕੀ ਸੀ ਉਹ ਕੁੜਦੀ ਰਹਿੰਦੀ ਸੀ ਹਰ ਟਾਈਮ ਕਹਿੰਦੀ ਵੀ ਉਹਦੀ ਜ਼ਿੰਦਗੀ ਨਰਕ ਬਣੀ ਹੋਈ ਸੀ ਪਰ ਤੂੰ ਨੂੰ ਇਹ ਨਹੀਂ ਸੀ ਦੱਸਿਆ ਕਿ ਤੂੰ ਦੂਸਰਾ ਵੀ ਵਿਆਹ ਕਰਾਇਆ ਸ਼ਹਿਰ 'ਚ ਤੇਰੇ ਜਿਹੜੇ ਬੱਚੇ ਵੀ ਹੈਗੇ ਆ ਇਸ ਕਰਕੇ ਤੂੰ ਕਿਤੇ ਕਿਤੇ ਜਾਂਦਾ ਸੀਗਾ ਕਿਤੇ ਜਾਂਦਾ ਸੀਗਾ ਤੇ ਮੁੜ ਕੇ ਫਿਰ ਤੂੰ ਦੋ ਦੋ ਸਾਲ ਉਹਦੇ ਮੱਥੇ ਨਹੀਂ ਸੀ ਲੱਗਦਾ ਹੁੰਦਾ ਤੇ ਉਹ ਵਿਚਾਰੀ ਦੀ ਜ਼ਿੰਦਗੀ ਨਰਕ ਬਣ ਚੁੱਕੀ ਸੀਗੀ ਤੇ ਉਹ ਕਹਿੰਦਾ ਕਿ ਮੈਂ ਪਿਛਲੇ ਜਨਮ ਦੇ ਵਿੱਚ ਜਿਹੋ ਜੇ ਕੰਮ ਕੀਤੇ ਸੀਗੇ ਹਨ ਉਹ ਜਿਹੜੀ ਪਿੰਡ ਦੀ ਕੁੜੀ ਨਾਲ ਵਿਆਹ ਕੀਤਾ ਸੀਗਾ ਬਸ ਉਸ ਵਿਆਹ ਦਾ ਕਿੰਨਾ ਸਰਾਫ ਜਿਹੜਾ ਹਨ ਕਹਿੰਦਾ ਵੀ ਮੈਨੂੰ ਇਸ ਜਨਮ 'ਚ ਇਹ ਮਿਲਿਆ ਜਿਵੇਂ ਲੜਕੀ ਦੱਸਦੀ ਸੀ ਕਿ ਉਹ ਮੈਨੂੰ ਸਾਰਾ ਪਿਛਲਾ ਜਨਮ ਦਿਖਾਇਆ ਗਿਆ ਪਿਛਲੇ ਜਨਮ ਦੇ ਵਿੱਚ ਮੈਂ ਮੁਸਲਮਾਨ ਲੜਕਾ ਸੀਗਾ ਤੇ ਇਸ ਜਨਮ ਦੇ ਵਿੱਚ ਮੈਂ ਮੇਰਾ ਜਿਹੜਾ ਜਨਮ ਸਿੱਖਾਂ ਦੇ ਘਰ 'ਚ ਹੋਇਆ ਤੇ ਮੈਂ ਲੜਕੀ ਪੈਦਾ ਹੋਈ ਤੇ ਜਿਹੜਾ ਲੜਕੀ ਜਿਹੜੀ ਪਿੰਡ ਦੀ ਸੀ ਜਿਹੜੇ ਪਿਛਲੇ ਜਨਮ ਦੀ ਕਹਿੰਦੇ ਵੀ ਜਿਹਦੇ ਨਾਲ ਮੈਂ ਵਿਆਹ ਵਿਆਹ ਹੋਇਆ ਸੀਗਾ ਜਾਂ ਵਿਆਹੀ ਹੋਈ ਸੀ ਕਹਿੰਦੇ ਉਹ ਜਿਹੜੀ ਲੜਕੀ ਉਸ ਪਿੰਡ ਦੀ ਸੀ ਹੈਨਾ ਉਹ ਕਹਿੰਦੇ ਲੜਕੀ ਜਿਹੜੇ ਆ ਉਹ ਹੋਰ ਟਾਈਮ ਕਹਿੰਦੇ ਵੀ ਉਹ ਸਿੱਖਾਂ ਦੇ ਘਰ ਦੇ ਵਿੱਚ ਉਹਦਾ ਵੀ ਜਨਮ ਹੋਇਆ ਮੇਰਾ ਵੀ ਜਨਮ ਹੋਇਆ ਪਰ ਮੈਂ ਕਿਉਂਕਿ ਪਿਛਲੇ ਜਨਮ ਚ ਮੁਸਲਮਾਨ ਸੀ ਮੈਨੂੰ ਇਸਤਰੀ ਦਾ ਜਨਮ ਮਿਲਿਆ ਇਸ ਜਨਮ ਦੇ ਵਿੱਚ ਇਹ ਜਿਹੜੀ ਉਹ ਲੜਕੀ ਇਸਤਰੀ ਸੀ ਉਹਨੂੰ ਪੁਰਸ਼ ਦਾ ਜਨਮ ਮਿਲਿਆ ਸਿੱਖਾਂ ਦੇ ਘਰਾਂ ਵਿੱਚ ਤੇ ਉਹ ਜਿਹੜਾ ਪੁਰਸ਼ ਦਾ ਜਨਮ ਮਿਲਿਆ ਉਹ ਮੁੰਡਾ ਜਿਹੜਾ ਹੈਗਾ ਉਹ ਕੈਨੇਡਾ ਸੈਟਲ ਹੈਗਾ ਤੇ ਉਹਦੇ ਦੋ ਬੱਚੇ ਆ ਗੱਲ ਕਿ ਸਭ ਕੁਝ ਕਹਿੰਦੀ ਵੀ ਵਿਪਰੀਤ ਹੋਇਆ ਪਰਮੇਸ਼ਰ ਦਾ ਇਨਸਾਫ ਦੇਖ ਲਓ ਕਿ ਮੈਂ ਪਿਛਲੇ ਜਨਮ 'ਚ ਮੁਸਲਮਾਨਾਂ ਦੇ ਘਰ ਸੀਗਾ ਤੇ ਮੈਂ ਦੂਬਿਆ ਕਰਾਇਏ ਸੀਗੇ ਇਸ ਕਰਕੇ ਆ ਜਿਹੜਾ ਜਨਮ ਮੇਰਾ ਲੜਕੀ ਦਾ ਹੈਗਾ ਤੇ ਇਹਦੇ ਵਿੱਚ ਕਹਿੰਦੀ ਵੀ ਦੇਖ ਲਓ ਮੇਰਾ ਕੀ ਹਾਲ ਹੋਇਆ ਤੇ ਮੈਂ ਹੁਣਾਂ ਸਹਰਿਆਂ ਜੋਗੀ ਨਾਲ ਪੇ ਗਿਆ ਜੋਗੀ ਮੈਂ ਗੱਭੇ ਫਸ ਗਈ ਪਾਰਕਿੰਡੀ ਵੀ ਉਹ ਜਿਹੜੀ ਲੜਕੀ ਸੀ ਉਸ ਪਿੰਡ ਦੀ ਪਿਛਲੇ ਜਨਮ ਦੀ ਉਹ ਕਹਿੰਦੀ ਵੀ ਕਿਵੇਂ ਉਹ ਲੜਕੀ ਜਿਹੜੀ ਆ ਉਹ ਕੈਨੇਡਾ ਇਸ ਜਨਮ ਚ ਲੜਕਾ ਬਣ ਕੇ ਕੈਨੇਡਾ ਚਲ ਗਿਆ ਤੇ ਉੱਥੇ ਉਹਨੇ ਵਿਆਹ ਕਰਾਇਆ ਹੈਗਾ ਗੱਲ ਕੀ ਕਹਿੰਦੀ ਵੀ ਇਹ ਸਾਰਾ ਕੁਝ ਜਿਹੜਾ ਹਨਾ ਇਹ ਪਿਛਲੇ ਜਨਮ ਦਾ ਹਿਸਾਬ ਕਿਤਾ ਪਰਮਾਤਮਾ ਮੈਨੂੰ ਦਿਖਾ ਲਿਆ ਹੈਗਾ ਤੇ ਕਿ ਤੂੰ ਜੋ ਪਿਛਲੇ ਜਨਮ ਦੇ ਵਿੱਚ ਬੀਜ ਬੀਜਿਆ ਸੀਗਾ ਹਨਾ ਉਹ ਵੀ ਜਿਹੜਾ ਹੈਗਾ ਤੈਨੂੰ ਹੁਣ ਹੁਣ ਵੱਡਣਾ ਪੈਣਾ ਹੈਗਾ ਕਿਉਂ ਪਿਛਲੇ ਜਨਮ ਤੇ ਤੂੰ ਮੁਸਲਮਾਨ ਹੋ ਕੇ ਜੋ ਅਥਿਆਜਾਰ ਕੀਤੇ ਸੀ ਉਸ ਲੜਕੀ ਦੇ ਉੱਤੇ ਉਹ ਜਿਹੜੀ ਲੜਕੀ ਆ ਉਹ ਸਿੱਖਾਂ ਦੇ ਘਰ ਦੇ ਵਿੱਚ ਲੜਕਾ ਬਣ ਕੇ ਜਨਮ ਲੈ ਕੇ ਕੈਨੇਡਾ ਵੱਸ ਗਈ ਆ ਤੇ ਇਸ ਕਰਕੇ ਤੇਰਾ ਜਿਹੜਾ ਹਸਾਬ ਕਿਤਾਬ ਹੈਗਾ ਇਸ ਜਨਮ 'ਚ ਪੂਰਾ ਹੋ ਜਾਊਗਾ ਕਿਉਂਕਿ ਉਸ ਲੜਕੇ ਨੇ ਕੈਨੇਡਾ ਜਾ ਕੇ ਵਿਆਹ ਕਰਾ ਲਿਆ ਉਹਦੇ ਵੀ ਦੋ ਬੱਚੇ ਆ ਪਰ ਕਿਉਂ ਜਿਵੇਂ ਤੂੰ ਨੂੰ ਸਤਾਇਆ ਸੀਗਾ ਇਸੇ ਤਰ੍ਹਾਂ ਤੂੰ ਮੈਂ ਹੁਣ ਲੜਕੀ ਬਣ ਕੇ ਜਿਹੜੀ ਉਹ ਛੁੱਟੜ ਜ਼ਿੰਦਗੀ ਬਤੀਤ ਕਰੂੰਗੀ। ਨਾ ਤੂੰ ਸਹੌਰੇ ਜੋਗੀ ਰਹੂੰਗੀ ਨਾ ਭੇਖਾ ਜੋਗੀ ਰਹੂੰਗੀ। ਕਹਿੰਦੀ ਜਦੋਂ ਮੈਨੂੰ ਇਹ ਸਾਰਾ ਜਿਹੜਾ ਪਿਛਲੇ ਜਨਮ ਦਾ ਜੋ ਉਸ ਵਾਹਿਗੁਰੂ ਨੇ ਮੈਨੂੰ ਦਿਖਾ ਲਿਆ। ਕਹਿੰਦੀ ਫੇਰ ਮੈਂ ਦੱਸ ਹੁਣ ਕੀ ਕਰ ਸਕਦੇ ਆ। ਮੈਂ ਤਾਂ ਕਹਿੰਦੀ ਉਸ ਵਾਹਿਗੁਰੂ ਦੇ ਇਸ ਜੋ ਇਨਸਾਫ ਉਹਨੇ ਮੇਰੇ ਨਾਲ ਕੀਤਾ ਹੈਗਾ। ਕਹਿੰਦੀ ਵੀ ਮੈਂ ਤਾਂ ਉਸ ਵਾਹਿਗੁਰੂ ਦਾ ਸ਼ੁਕਰ ਤਾਂ ਕਰਦੀ ਆ। ਪਰ ਮੈਂ ਇਸ ਗੱਲ ਦੇ ਉੱਤੇ ਹੁਣ ਮੇਰਾ ਵਿਸ਼ਵਾਸ ਪੱਕਾ ਹੈ ਕਿ ਦੱਦਾ ਦੋਸ਼ ਨਾ ਦਊ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋਵੇਂ ਪਾਇਆ ਦੋਸ਼ ਨਾ ਦੀਜੀਏ ਪਰ ਜਣਾ ਕਹਿੰਦੀ ਹੁਣ ਮੈਂ ਕਿਹਨੂੰ ਦੋਸ਼ ਦਾਵਾਂ ਇਹ ਸਜ਼ਾ ਜਿਹੜੀ ਮੈਨੂੰ ਮਿਲੀ ਆ ਬਾਬਾ ਨੰਸੋਂ ਦੇ ਬਚਨ ਕਿ ਬਿਨਾਂ ਕਸੂਰ ਤੋਂ ਸਜ਼ਾ ਨਹੀਂ ਮਿਲਦੀ ਕਿਸ ਕਸੂਰ ਚਾਹੇ ਪਿਛਲੇ ਜਨਮ ਦਾ ਹੀ ਕਿਉਂ ਨਾ ਹੋਵੇ ਕਹਿੰਦੀ ਦੇਖੋ ਪਿਛਲੇ ਜਨਮ ਦੇ ਕਸੂਰ ਕਰਕੇ ਅੱਜ ਕਹਿੰਦੀ ਆ ਜਿਹੜੇ ਹਾਲਤ ਮੇਰੇ ਬਣ ਗਏ ਆ ਤੇ ਮੈਂ ਤੇ ਮੇਰਾ ਤਾਂ ਤੋਬੀ ਤੇ ਜੋ ਜਿਹੜਾ ਕੁੱਤਾ ਹੈ ਉਹਦੇ ਵਰਗਾ ਹਾਲ ਹੋ ਗਿਆ ਕਿ ਥੂਬੀ ਦਾ ਕੁਰਤਾ ਨਾ ਘਰਦਾ ਨਾ ਘਾੜਦਾ ਇਹੋ ਜਿਹਾ ਕਹਿੰਦੀ ਵੀ ਮੇਰਾ ਜਿਹੜਾ ਹਾਲਤ ਹੁਣ ਹੈਗਾ ਕਿ ਨਾ ਮੈਂ ਹੁਣ ਸਹਰਿਆਂ 'ਚ ਬਸਣ ਜੋਗੀ ਨਾ ਪੇਕਿਆਂ ਤੇ ਬੈਠਣ ਜੋਗੀ ਇਹੋ ਜਿਹਾ ਕਹਿੰਦੀ ਵੀ ਇਹ ਹਾਲਾਤ ਮੇਰੇ ਹੁਣ ਚੱਲ ਰਹੇ ਆ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਭਾਈ ਉਹ ਪਰਮੇਸ਼ਰ ਦਾ ਜਿਹੜਾ ਇਨਸਾਫ ਆਹਨ ਉਹ ਇਨਸਾਫ ਜਿਹੜਾ ਬੜਾ ਬਿਆਨਤਾ ਕਿਉਂਕਿ ਉਹ ਆਪ ਵੀ ਬੜਾ ਬਿਆਨਤਾ ਹੈਗਾ ਇਸ ਕਰਕੇ ਭਾਈ ਕੋਈ ਐਸਾ ਕੰਮ ਨਾ ਕਰੀਏ ਜਿਵੇਂ ਬਾਣੀ ਅਖਦੀ ਹੈ ਕੈਸਾ ਕੰਮ ਮੂਲੇ ਨਾ ਕੀਜੇ ਤੇ ਜੇ ਤੇ ਦਰਗਾ ਗਿਆ ਜੇਨੇ ਨਾ ਦਰਗਾਹ ਦੇ ਵਿੱਚ ਜਾ ਕੇ ਕਲਾ ਪਛਤਾਵਾ ਹੋਵੇ ਭਾਈ ਇਹ ਜਿਹੜਾ ਪਛਤਾਵਾ ਹੈਗਾ ਜਿਹੜਾ ਗਲਤ ਕੰਮ ਦਾ ਕੀਤਾ ਹੈਗਾ ਫਿਰ ਇਹਦਾ ਮੂਲ ਤਾਂ ਫਿਰ ਆਪ ਹੀ ਜਗਾਉਣਾ ਪੈਂਦਾ ਆਪ ਹੀ ਭੁਗਤਣਾ ਪੈਂਦਾ ਹੈਗਾ ਬਸ ਇੰਨੀਆਂ ਕੁ ਬੇਨਤੀਆਂ ਦੱਸ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਇਸਹੁਤੇ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ